ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਇੱਥੋਂ ਦੇ ਸੰਘਰਸ਼ ਕਰਨ ਵਾਲੇ ਲੋਕ ਇੱਕ ਹੱਕਾ ਦੇ ਸਕਦੇ ਆ ਚੌਕੀਦਾਰੇ ਦਾ ਰੋਲ ਨਿਭਾ ਸਕਦੇ ਆ ਕਿ ਉਹ ਪੰਜਾਬ ਦੇ ਕਿਰਤੀ ਲੋਕੋ ਆ ਜਿਹੜੀ ਨੀਤੀ ਲੈ ਕੇ ਆ ਰਹੀ ਆ ਸਰਕਾਰ ਆ ਤੁਹਾਡੇ ਵਾਸਤੇ ਬੜੀ ਖਤਰਨਾਕ ਹੈ ਇਹ ਬੜੀ ਘਾਤਕਾ ਤੁਹਾਡੇ ਕਿਰਤੀ ਲੋਕਾਂ ਵਾਸਤੇ ਜਿਹੜੀਆਂ ਨੀਤੀਆਂ ਲੈ ਕੇ ਆਉਣੀਆਂ ਚਾਹੀਦੀਆਂ ਕਿ ਸਾਡੀ ਬਿਜਲੀ ਦੀ ਖਪਤ ਕਿਵੇਂ ਘਟ ਸਕਦੀ ਹੈ ਸਾਡੀ ਧਰਤੀ ਹੇਠਲਾ ਪਾਣੀ ਕਿਵੇਂ ਬਚਾਇਆ ਜਾ ਸਕਦਾ ਹੈ ਉਸ ਗੱਲ ਤੋਂ ਟਾਲ ਮਟੋਲ ਕਰਦੇ ਆ ਬਾਈ ਕਿਉਂਕਿ ਜੇ ਪੰਜਾਬ ਦੇ ਵਿੱਚ ਆ ਤੁਹਾਡੇ ਖੇਤਾਂ ਮੋਟਰਾਂ ਵਾਲੇ ਕਨੈਕਸ਼ਨ ਜਿਹਨਾਂ ਦੇ ਆ ਤਾਰਾਂ ਘੱਟੋ ਘੱਟ ਪੰਜਾਹ ਚਾਲੀ ਸਾਲ ਤੋਂ ਚੱਲ ਰਹੀਆਂ ਜਿੱਥੇ 400 ਵੋਲਟੇਜ ਮਿਲਣੀ ਚਾਹੀਦੀ ਹੈ ਅੱਜ 250 ਵੋਲਟੇਜ ਤੁਹਾਡੀ ਮੋਟਰ ਨੂੰ ਮਿਲਦੀ ਹੈ ਉਹ ਕਿਉਂ ਕਿਉਂਕਿ ਸਾਡੇ ਇਸ ਪਾਵਰ ਕੌਮ ਦੀ ਹਾਲਤ ਮਾੜੀ ਕੀਤੀ ਹੈ ਕਿਉਂ ਕੀਤੀ ਹੈ ਕਿ ਪੰਜਾਬ ਦੀ ਸਰਕਾਰ ਇਹ ਦਰਸਾਉਣਾ ਚਾਹੁੰਦੀ ਹੈ ਕਿ ਬਿਜਲੀ ਬੋਰਡ ਵੱਡੇ ਘਾਟੇ ਦੇ ਵਿੱਚ ਹੈ ਇਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਠੇਕੇਦਾਰੀ ਸਿਸਟਮ ਚ ਦੇਣਾ ਚਾਹੁੰਦੀ ਹੈ ਕਿ ਪੰਜਾਬ ਦੇ ਉਹ ਕਿਰਤ ਕਰਨ ਵਾਲੇ ਲੋਕ ਉਸ ਠੇਕੇਦਾਰਾਂ ਦੇ ਸਿਰ ਤੇ ਨਿਰਭਰ ਹੋਣ ਆਪਣੇ ਖਰਚਿਆਂ ਦੇ ਉੱਤੇ ਟਰਾਂਸਫਾਰਮਰਾਂ ਦੇ ਵਿੱਚੋਂ ਜੇ ਤੇਲ ਚੋਰੀ ਹੁੰਦਾ ਟਰਾਂਸਫਾਰਮਰ ਚੋਰੀ ਹੋ ਗਏ ਮੋਟਰ ਸੜਦੀ ਹੈ ਉਹਦੇ ਹੱਕਦਾਰ ਆਪ ਹੋਣ ਤੇ ਉਹਦੀਆਂ ਭਰਪਾਈਆਂ ਆਪ ਕਰਾਉਣ ਇਹ ਮੰਗਾਂ ਇਹ ਮਸਲੇ ਇਹ ਸਾਡੇ ਹੱਕ ਨਹੀਂ ਕਿ ਜੇ ਟਰਾਂਸਫਾਰਮਰ ਚੋਰੀ ਹੁੰਦਾ ਅਸੀਂ ਇੱਥੇ ਗੇੜੇ ਮਾਰੀਏ ਇੱਥੇ ਖੱਜਲ ਖੁਆਰ ਹੋਈਏ ਜਾਂ ਥਾਣਿਆਂ ਦੇ ਵਿੱਚ ਖੱਜਲ ਖੁਆਰ ਹੋਈਏ ਕਿਉਂਕਿ ਬਈ ਜਦੋਂ ਜੇ ਖੇਤ ਦੇ ਵਿੱਚ ਟਰਾਂਸਫਾਰਮ ਦੇ ਉੱਤੋਂ ਤੁਸੀਂ ਲਾ ਕੇ ਪੱਖਾ ਜਾਂ ਫਰਿੱਜ ਚਲਾ ਲਓ ਕਹਿ ਲਓ ਖੇਤ 'ਚ ਰੱਖ ਲਓ ਜੇ ਚੈਕਿੰਗ ਤੇ ਜਾਣਗੇ ਤਾਂ ਇਹ ਕਹਿਣਗੇ ਕਿ ਚੋਰੀ ਕਰਦੇ ਹੋ ਇੱਕ ਬਲਬ ਦੋ ਬਲਬ ਤੇ ਇੱਕ ਪੱਖਾ ਹੀ ਅਲਾਓ ਕਰ ਸਕਦੇ ਹੈ ਉਹ ਅਦਾਰਿਆਂ ਵੱਲੋਂ ਅਲਾਓ ਕੀਤੇ ਹੋਏ ਹੈ ਜੇ ਵੱਧ ਵਰਤਦੇ ਹੋ ਕਿ ਚੋਰੀ ਕਰਦੇ ਹੋ ਜੁਰਮਾਨੇ ਪਾਉਂਦੇ ਹੈ ਫਿਰ ਬਾਈ ਅਸੀਂ ਉਹਦੇ ਹੱਕਦਾਰ ਕਿਵੇਂ ਹੋ ਗਏ ਕਿਉਂਕਿ ਉਹ ਸਰਕਾਰੀ ਹੈ ਸਰਕਾਰ ਉਹਦੀ ਮਾਲਕ ਹੈ ਆਪਦੇ ਹੱਕ ਜਤਾਉਂਦੀ ਹੈ ਹਰ ਇੱਕ ਗੱਲ ਤੇ ਤਾਂ ਬਾਈ ਜਿਹੜੇ ਟਰਾਂਸਫਾਰਮ ਚੋਰੀ ਹੋ ਗਏ ਤੇਲ ਚੋਰੀ ਹੋ ਗਿਆ ਇਹ ਮੰਗ ਲੈ ਕੇ ਬੈਠੇ ਆ ਕਿ ਉਹਦੀ ਸਾਰੀ ਪੁਲਿਸ ਕਾਰਵਾਈ